ਨਮਸਕਾਰ ਆਦਾਬ ਸਤ ਸ੍ਰੀ ਅਕਾਲ ਮੈਂ ਹਾਂ ਸਰਬਜੀਤ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਕਿਤਾਬਾਂ ਦੇ ਪੰਨੇ ਅੱਜ ਤੁਸੀਂ ਸੁਣੋਗੇ ਨਾਵਲਕਾਰ ਨਾਨਕ ਸਿੰਘ ਦਾ ਲਿਖਿਆ ਹੋਇਆ ਨਾਵਲ ਚਿੱਟਾ ਲਹੂ ਦਾ 33ਵਾਂ ਭਾਗ ਇਸ ਨਾਵਲ ਦੇ ਪ੍ਰਕਾਸ਼ਕ ਹਨ ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਗੁਪਤੇਸ਼ਵਰ ਦੇ ਚਿਹਰੇ ਤੇ ਅੱਜ ਕਾਮਯਾਬੀ ਦੀ ਖੁਸ਼ੀ ਚਮਕਾਂ ਮਾਰ ਰਹੀ ਸੀ ਜਿਹੜੀ ਉਸਨੇ ਸਾਰੇ ਜੀਵਨ ਵਿੱਚ ਕਦੇ ਨਹੀਂ ਸੀ ਵੇਖੀ ਅੱਜ ਕਾਗਜ਼ ਵੀ ਖੁੱਲੇ ਸਨ ਲਿਖੰਦਾ ਸਮਾਨ ਵੀ ਵਧੀਆ ਸੀ ਤੇ ਥਾਂ ਵੀ ਚੰਗੀ ਸੀ ਉਸ ਦਾ ਦਿਲ ਵੀ ਅੱਜ ਵਰਗਾ ਖੁਸ਼ ਕਦੇ ਘਟ ਵੱਧ ਹੀ ਹੋਇਆ ਹੋਵੇਗਾ ਪਰ ਅੱਜ ਉਸ ਕੋਲ ਲਿਖਣ ਲਈ ਕੁਝ ਵੀ ਬਾਕੀ ਨਹੀਂ ਸੀ ਉਹ ਬੜੀ ਕਾਲੀ ਨਾਲ ਉਸ ਵੇਲੇ ਦੀ ਉਡੀਕ ਕਰ ਰਿਹਾ ਸੀ ਜਦ ਉਸ ਦੇ ਮਿਹਰਬਾਨ ਬਾਬੂ ਨੇ ਤਾਰਾ ਚੰਦ ਨੂੰ ਨਾਲ ਲੈ ਕੇ ਆਉਣਾ ਸੀ ਉਸ ਨੇ ਇਹ 6-7 ਘੰਟੇ ਮਿੰਟ ਤੇ ਸੈਕਿੰਡ ਗਿਣ-ਗਿਣ ਕੇ ਬਿਤਾਏ ਉਸ ਦੀ ਨਜ਼ਰ ਸਾਹਮਣੇ ਕੰਧ ਉੱਤੇ ਟੰਗੀ ਘੜੀ ਦੀ ਸੂਈ ਵੱਲ ਬਰਾਬਰ ਗੱਡੀ ਰਹੀ ਅਖੀਰ 5 ਵਜ ਗਏ। ਗੁਪਤੇਸ਼ਵਰ ਬਾਹਰਲੇ ਬੂਹੇ ਵਿੱਚ ਜਾ ਕੇ ਟੈਲਣ ਲੱਗ ਪਿਆ। ਜਦੋਂ ਵੀ ਸਾਹਮਣੇ ਦਾ ਮੋੜ ਮੁੜ ਕੇ ਕੋਈ ਟਾਂਗਾ ਇਸ ਪਾਸੇ ਆਉਂਦਾ ਉਸ ਦਾ ਦਿਲ ਧੜਕਣ ਲੱਗ ਪੈਂਦਾ। ਕਈ ਟਾਂਗੇ ਆਏ ਤੇ ਕਈ ਲੰਘ ਗਏ। ਉਸ ਦੀ ਬੇਸਬਰੀ ਪਲ-ਪਲ ਵੱਧਦੀ ਹੀ ਗਈ। ਅਖੀਰ ਇੱਕ ਟਾਂਗਾ ਆਇਆ ਪਰ ਬਾਬੂ ਸ਼ਾਮਦਾਸ ਇਸ ਤੋਂ ਇਕੱਲਾ ਹੀ ਉਤਰਿਆ। ਆਉਂਦਿਆਂ ਹੀ ਗੁਪਤੇਸ਼ਵਰ ਦੇ ਦਿਲ ਦੀ ਬੇਕਰਾਰੀ ਨੂੰ ਉਹ ਸਮਝ ਗਿਆ ਤੇ ਬੋਲਿਆ, "ਉਹ ਆ ਰਹੇ ਜੇ।" ਗੁਪਤੇਸ਼ਵਰ ਦੀ ਜਾਨ ਵਿੱਚ ਜਾਨ ਆਈ। ਉਸਨੇ ਪੁੱਛਿਆ ਕਿੱਥੇ? ਬਾਬੂ ਇਸ ਵੇਲੇ ਹਫਰ ਰਿਹਾ ਸੀ। ਉਸਦੇ ਚਿਹਰੇ ਤੇ ਹਵਾਇਆਂ ਉੱਡ ਰਹੀਆਂ ਸਨ ਤੇ ਸਾਰਾ ਸਰੀਰ ਉਸ ਦਾ ਕੰਬ ਰਿਹਾ ਸੀ। ਗੁਪਤੇਸ਼ਵਰ ਨੂੰ ਉਸ ਦੀ ਹਾਲਤ ਵੇਖ ਕੇ ਬੜਾ ਫਿਕਰ ਹੋਇਆ। ਉਸਨੇ ਪੁੱਛਿਆ ਕੀ ਗੱਲ ਏ? ਅਜੇ ਤੱਕ ਤੁਹਾਡੀ ਤਬੀਅਤ ਠੀਕ ਨਹੀਂ ਹੋਈ? ਬਾਬੂ ਨੇ ਆਪਣੀ ਕਬਰਾਹਟ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਬਨੌਟੀ ਹਾਸਾ ਹੱਸ ਕੇ ਕਿਹਾ ਨਹੀਂ ਨਹੀਂ ਕੁਝ ਨਹੀਂ। ਗੱਡੀ ਵਿੱਚ ਦੇਰ ਸੀ ਤੇ ਮੈਂ ਨਾ ਮੋਟਰ ਵਿੱਚ ਹੀ ਆ ਗਿਆਂ। ਰਸਤੇ ਵਿੱਚ ਇੱਕ ਐਕਸੀਡੈਂਟ ਹੋ ਗਿਆ। ਲਾਰੀ ਇੱਕ ਦਰਖਤ ਨਾਲ ਟਕਰਾ ਗਈ ਸੀ ਤੇ ਕਈਆਂ ਨੂੰ ਸੱਟਾਂ ਲੱਗ ਗਈਆਂ। ਮੈਨੂੰ ਭਾਵੇਂ ਬਹੁਤੀ ਸੱਟ ਤੇ ਨਹੀਂ ਲੱਗੀ ਪਰ ਹਾਦਸਾ ਵੇਖ ਕੇ ਨਾ ਦਿਲ ਦੀ ਕਬਰਾਹਟ ਜੀ ਕਾਫੀ ਵੱਧ ਗਈ ਆ। ਗੁਪਤੇਸ਼ਵਰ ਨੇ ਕਬਰਾ ਕੇ ਕਿਹਾ, "ਤਾਂ ਚੱਲੋ ਅੰਦਰ ਚੱਲ ਕੇ ਆਰਾਮ ਕਰੋ। ਮੈਂ ਨੌਕਰ ਨੂੰ ਕਹਿੰਦਾ ਗਰਮ ਗਰਮ ਦੁੱਧ ਲਿਆਵੇ ਤੇ ਨਾਲੇ" ਉਸ ਦੀ ਗੱਲ ਵਿੱਚੇ ਹੀ ਕੱਟ ਕੇ ਬਾਬੂ ਨੇ ਕਿਹਾ, "ਨਹੀਂ ਨਹੀਂ, ਅਜਾਹੀ ਕੋਈ ਤਕਲੀਫ ਨਹੀਂ ਕਰਨੀ। ਨਾਲੇ ਮੈਂ ਨਾ ਰਤਸ ਸਟੇਸ਼ਨ ਤੱਕ ਜਾ ਰਿਹਾ।" ਸਾਡੇ ਜਨਰਲ ਮੈਨੇਜਰ ਨੇ ਅੱਜ ਕਿਸੇ ਨਾ ਪ੍ਰਾਈਵੇਟ ਕੰਮ ਲਈ ਇੱਥੋਂ ਲੰਘਣਾ ਮੇਰਾ ਉੱਥੇ ਹੋਣਾ ਬੜਾ ਜ਼ਰੂਰੀ ਆ ਐ ਲੋ ਤੁਹਾਡਾ ਰਮਾਲ ਲੈ ਆਂਦਾ ਰਮਾਲ ਗੁਪਤੇਸ਼ਵਰ ਨੂੰ ਫੜਾ ਕੇ ਉਹ ਬਿਨਾਂ ਹੋਰ ਕੋਈ ਗੱਲਬਾਤ ਕੀਤਿਆਂ ਹੀ ਟਾਂਗੇ ਤੇ ਜਾ ਬੈਠਿਆ ਤੇ ਫਿਰ ਬੋਲਿਆ ਤਾਰਾਚੰਦ 6 ਸਵਾ 6 ਵਜੇ ਆਵੇਗਾ ਤੁਸੀਂ ਇੱਥੇ ਹੀ ਉਸ ਦੀ ਉਡੀਕ ਕਰਨੀ ਮੇਰਾ ਖਿਆਲ ਹੈ ਪੌਣੇ 5 ਦੀ ਗੱਡੀ ਚੜਿਆ ਹੋਊਗਾ ਉਹ ਟਾਂਗਾ ਸੜਕ ਦਾ ਮੋੜ ਮੁੜ ਕੇ ਅੱਖਾਂ ਤੋਂ ਓਲੇ ਹੋ ਗਿਆ ਸਵਾ 6 ਦੇ ਥਾਂ 7 ਹੋ ਗਿਆ ਪਰ ਤਾਰਾ ਚੰਦ ਅਜੇ ਤੱਕ ਨਾ ਆਇਆ। ਗੁਪਤੇਸ਼ਵਰ ਬੂਹੇ ਵਿੱਚ ਖੜਾ ਸੜਕ ਤੋਂ ਲੰਘਣ ਵਾਲੇ ਹਰ ਇੱਕ ਆਦਮੀ ਵੱਲ ਬੜੇ ਗੋਹ ਨਾਲ ਵੇਖ ਰਿਹਾ ਸੀ। ਹਨੇਰਾ ਵੱਧਦਾ ਜਾਂਦਾ ਸੀ। ਇਸ ਵੇਲੇ ਗੁਪਤੇਸ਼ਵਰ ਨੇ ਢਿੱਠਾ ਇੱਕ ਲੰਮੇ ਕੱਦ ਦਾ ਆਦਮੀ ਆ ਕੇ ਬੂਹੇ ਅੱਗੇ ਖੜਾ ਹੋ ਗਿਆ ਤੇ ਪੁੱਛਣ ਲੱਗਾ। "ਬਾਬੂ ਸ਼ਾਮਦਾਸ ਦਾ ਘਰ ਇਹ ਹੋਇਆ?" ਗੁਪਤੇਸ਼ਵਰ ਸਮਝ ਗਿਆ ਕਿ ਇਹ ਤਾਰਾ ਚੰਦ ਹੀ ਹੈ। ਉਹ ਬੋਲਿਆ, "ਹਾਂਜੀ, ਇਹ ਹੋਇਆ। ਕੀ ਤੁਹਾਡਾ ਨਾਂ ਤਾਰਾ ਚੰਦ ਹੈ?" "ਜੀ ਹਾਂ।" کہ کہ او دب دب اندر ਲੰਘ ਆਇਆ ਗੁਪਤੇਸ਼ਵਰ ਨੇ ਬੈਠਕ ਵਿੱਚ ਜਾ ਕੇ ਉਸ ਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤਾਰਾ ਚੰਦ ਨੇ ওভারકોટ ਪਾਇਆ ਹੋਇਆ ਸੀ ਤੇ ਸ਼ਾਇਦ ਉਸ ਦੀਆਂ ਅੱਖਾਂ ਦੁਖਦੀਆਂ ਸਨ ਜਿਸ ਕਰਕੇ ਧੁੱਪ ਵਾਲੀ ਐਨਕ ਲਾਈ ਹੋਈ ਸੀ ਸਿਰ ਤੇ ਪੱਗ ਉਸ ਨੇ ਬੜੇ ਬੇਟ ਬੇਟਾਂ ਨਾਲ ਬੰਨੀ ਹੋਈ ਸੀ ওভারકોટ ਦੇ ਕਲਰ ਚੁੱਕ ਕੇ ਉਸ ਨੇ ਉਤਾਹ ਕੀਤੇ ਹੋਏ ਸਨ ਦੋਵੇਂ ਕੁਝ ਚਿਰ ਲਈ ਚੁੱਪਚਾਪ ਆਹਮੋ ਸਾਹਮਣੇ ਕੁਰਸੀਆਂ ਤੇ ਬੈਠੇ ਰਹੇ ਅਖੀਰ ਗੁਪਤੇਸ਼ਵਰ ਨੇ ਇਸ ਚੁੱਪ ਨੂੰ ਤੋੜਦਿਆਂ ਹੋਇਆਂ ਪੁੱਛਿਆ ਕਿਉਂ ਜੀ ਤੁਸੀਂ ਤਾਰਾ ਚੰਦ ਹੋ ਉਹ ਬੋਲਿਆ ਤੇ ਕੁਝ ਨਾ ਪਰ ਸਿਰ ਹਿਲਾ ਕੇ ਉਸਨੇ ਹਾਂ ਵਿੱਚ ਉੱਤਰ ਦਿੱਤਾ ਗੁਪਤੇਸ਼ਵਰ ਨੇ ਫੇਰ ਕਿਹਾ ਤੇ ਕੀ ਮੈਂ ਅੱਜ ਤੱਕ ਤੁਹਾਡੀ ਤਲਾਸ਼ ਵਿੱਚ ਭਟਕਦਾ ਰਿਹਾ ਹਾਂ ਦੂਜੇ ਲਫ਼ਜ਼ਾਂ ਵਿੱਚ ਕਹਾ ਤਾਂ ਕੀ ਤੁਹਾਡਾ ਹੀ ਲਹੂ ਪੀਣ ਲਈ ਮੈਂ ਹੁਣ ਤੱਕ ਜਿਉ ਰਿਹਾ ਕਹਿੰਦਿਆਂ ਕਹਿੰਦਿਆਂ ਗੁਪਤੇਸ਼ਵਰ ਦੀ ਆਵਾਜ਼ ਵਿੱਚ ਤੇਜ਼ੀ ਆ ਗਈ ਪਰ ਤਾਰਾ ਚੰਦ ਦੀ ਅਡੋਲਤਾ ਵਿੱਚ ਕੋਈ ਫਰਕ ਨਾ ਪਿਆ ਉਹ ਉਸੇ ਤਰ੍ਹਾਂ ਬੈਠਾ ਗੰਭੀਰ ਭਾਵ ਨਾਲ ਬੋਲਿਆ ਮੈਂ ਤੁਹਾਡਾ ਮਤਲਬ ਨਹੀਂ ਸਮਝਿਆ ਗੁਪਤੇਸ਼ਵਰ ਹੁਣ ਗੁੱਸੇ ਨਾਲ ਕੰਬ ਰਿਹਾ ਸੀ ਉਸ ਦੀ ਰਗ ਰਗ ਵਿੱਚ ਹਿੰਸਾ ਫੁੱਟ ਰਹੀ ਸੀ ਉਹ ਆਪਣੇ ਆਪ ਤੋਂ ਬਾਹਰ ਹੋ ਕੇ ਬੋਲਿਆ ਕੀ ਕਿਹਾ ਈ ਉਹ ਸ਼ੈਤਾਨਾ ਤੂੰ ਮੇਰਾ ਮਤਲਬ ਨਹੀਂ ਸਮਝਿਆ ਠੀਕ ਹੈ ਤੇ ਮੈਂ ਮਤਲਬ ਸਮਝਾਉਣ ਲਈ ਤੈਨੂੰ ਇਨੇ ਦਿਨਾਂ ਤੋਂ ਲੱਭ ਰਿਹਾ ਤਾਰਾ ਚੰਦ ਫਿਰ ਬੋਲਿਆ ਪਰ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਮੈਨੂੰ ਨਹੀਂ ਜਾਣਦਾ ਗੁਪਤੇਸ਼ਵਰ ਨੇ ਕੜਕ ਕੇ ਕਿਹਾ ਪਰ ਤੂੰ ਕਿਸੇ ਗੁਰਦੇਈ ਨਾਮ ਦੀ ਤੀਵੀ ਨੂੰ ਤੇ ਜਾਣਦਾ ਹੈ ਨਾ ਹਾਂ ਜਾਣਦਾ ਹਾਂ ਪਰ ਤੁਹਾਡਾ ਉਸ ਨਾਲ ਕੀ ਰਿਸ਼ਤਾ ਹੈ ਰਿਸ਼ਤਾ ਦੱਸਣ ਲਈ ਤਾਂ ਮੈਂ ਤੈਨੂੰ ਲੱਭ ਰਿਆ ਸਾਂ ਤੂੰ ਦੱਸ ਤੇਰੀ ਕੀ ਲੱਗਦੀ ਸੀ ਉਹ ਮੇਰੀ ਘਰ ਵਾਲੀ ਸੀ ਉਹ ਹੁਣ ਕਿੱਥੇ ਹੈ ਤਾਰਾ ਚੰਦ ਨੇ ਕੋਈ ਉੱਤਰ ਨਾ ਦਿੱਤਾ ਗੁਪਤੇਸ਼ਵਰ ਨੇ ਫਿਰ ਪੁੱਛਿਆ ਤੂੰ ਉਸ ਬਾਬਤ ਕੁਝ ਜਾਣਦਾ ਹੈ ਉਹ ਜੁੰਦੀ ਹੈ ਕਿ ਮਰ ਗਈ ਉਸੇ ਤਰ੍ਹਾਂ ਅਡੋਲਤਾ ਨਾਲ ਬੈਠਿਆ ਤਾਰਾਚੰਦ ਬੋਲਿਆ ਮੈਂ ਸੁਣਿਆ ਹੈ ਉਹ ਮਰ ਗਈ ਹੈ ਤੂੰ ਕਿਸ ਤੋਂ ਸੁਣਿਆ ਤਾਰਾਚੰਦ ਚੁੱਪ ਰਿਹਾ ਗੁਪਤੇਸ਼ਵਰ ਫਿਰ ਕੜ ਗਿਆ ਨਹੀਂ ਤੂੰ ਝੂਠਾ ਹੈ ਤੂੰ ਸ਼ੈਤਾਨ ਹੈ ਤੈਨੂੰ ਉਹਦੀ ਮੋਈ ਜੁੰਦੀ ਦਾ ਕੋਈ ਪਤਾ ਨਹੀਂ ਤੈਨੂੰ ਉਸ ਦਾ ਪਤਾ ਕਰਨ ਦੀ ਲੋੜ ਵੀ ਕੀ ਹੈ ਤੈਨੂੰ ਸਿਰਫ ਇੰਨਾ ਹੀ ਪਤਾ ਹੈ ਵੀ ਤੂੰ ਉਹਨੂੰ ਮੌਤ ਦੇ ਮੂੰਹ ਵਿੱਚ ਛੱਡ ਕੇ ਘਰੋਂ ਨਿਕਲ ਗਿਆ ਸੈਂ ਇਸ ਤੋਂ ਬਾਅਦ ਉਹਦੀ ਕੀ ਹਾਲਤ ਹੋਈ ਹੈ ਇਹਦਾ ਤੈਨੂੰ ਕੋਈ ਪਤਾ ਨਹੀਂ ਤਾਰਾ ਚੰਦ ਹੁਣ ਅੱਡੀ ਤੋਂ ਚੋਟੀ ਤੱਕ ਕੰਬ ਰਿਆ ਸੀ ਉਸਦੇ ਮੂੰਹੋਂ ਕੋਈ ਗੱਲ ਨਹੀਂ ਨਿਕਲੀ ਗੁਪਤੇਸ਼ਵਰ ਲਈ ਇਸ ਗੁੱਸੇ ਦੀ ਹਾਲਤ ਵਿੱਚ ਬੈਠਣਾ ਔਖਾ ਹੋ ਗਿਆ ਉਹ ਥਿਲ ਮਿਲਾ ਕੇ ਕੁਰਸੀ ਤੋਂ ਉੱਠ ਖਲੋਤਾ ਦੋਵੇਂ ਮੁੱਠਾਂ ਮੀਟ ਕੇ ਭੁੱਖੇ ਸ਼ੇਰ ਵਾਂਗ ਉਸਤੇ ਉਲਰਿਆ ਉਸਦੀ ਗਿੱਚੀ ਨੂੰ ਪੀੜਾ ਹੱਥ ਪਾ ਕੇ ਤੇ ਦੂਜੇ ਹੱਥ ਨਾਲ ਉਸਦੇ ਮੋਢੇ ਤੋਂ ਕੋਟ ਫੜ ਕੇ ਜ਼ੋਰ ਦੀ ਹਲੋਂਦਾ ਹੋਇਆ ਬੋਲਿਆ ਬਦਜ਼ਾਤ ਮਕਰ ਬੋਲਦਾ ਕਿਉਂ ਨਹੀਂ ਫੇਰਾ ਕੀ ਖਿਆਲ ਹੈ ਇਸ ਤਰ੍ਹਾਂ ਪਖੰਡ ਕਰਨ ਨਾਲ ਮੈਂ ਤੈਨੂੰ ਜਿਉਂਦਾ ਛੱਡ ਦੇਉਂਗਾ ਯਾਦ ਰੱਖ ਦੁਨੀਆ ਦੀ ਕੋਈ ਤਾਕਤ ਤੈਨੂੰ ਇਸ ਵੇਲੇ ਮੇਰੇ ਕੋਲੋਂ ਬਚਾ ਨਹੀਂ ਸਕਦੀ ਗੁਪਤੇਸ਼ਵਰ ਨੇ ਫੁਰਤੀ ਨਾਲ ਕੋਟ ਦੇ ਹੇਠੋਂ ਇੱਕ ਤੇਜ਼ ਤੇ ਚਮਕੀਲੀ ਕਟਾਰ ਕੱਢ ਕੇ ਉਸ ਵੱਲ ਉਲਾਰਦਿਆਂ ਹੋਇਆਂ ਕਿਹਾ ਮੈਂ ਇਸ ਨੂੰ ਤੇਰੀ ਛਾਤੀ ਵਿੱਚ ਖੋਪ ਕੇ ਤੇਰੇ ਲਹੂ ਦੀਆਂ ਚੂਲੀਆਂ ਪੀਵਾਂਗਾ ਫੇਰ ਕਿਤੇ ਜਾ ਕੇ ਮੇਰੀ ਅੱਗ ਬੁਝੂਗੀ ਤੇ ਮੇਰਾ ਦਿਲ ਠੰਡਾ ਹੋਊਗਾ ਭਾਵੇਂ ਮੈਂ ਜਾਣਦਾ ਹਾਂ ਕਿ ਬਾਬੂ ਸ਼ਾਮਦਾਸ ਵਰਗੇ ਮਹਾਪੁਰਸ਼ ਦੇ ਮਕਾਨ ਤੇ ਤੇਰੇ ਵਰਗੇ ਛੰਡਾਲ ਆਦਮੀ ਨੂੰ ਲਿਆ ਕੇ ਮੈਂ ਭਾਰੀ ਅਨਿਆਇ ਕੀਤਾ। ਇਸ ਪਵਿੱਤਰ ਥਾਂ ਉੱਤੇ ਨਾਪਾਕ ਲਉ ਢੋਲ ਕੇ ਮੈਂ ਹੋਰ ਵੀ ਗੁਨਾਹਗਾਰ ਬਣਾਗਾ। ਪਰ ਇਸ ਵੇਲੇ ਮੈਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ। ਮੈਨੂੰ ਪੂਰਾ ਭਰੋਸਾ ਜਦੋਂ ਮੇਰੇ ਬਜ਼ੁਰਗ ਬਾਬੂ ਸ਼ਾਮਦਾਸ ਨੂੰ ਹੋਰਾਂ ਨੂੰ ਤੇਰੀਆਂ ਸ਼ੈਤਾਨੀ ਕਰਤੂਤਾਂ ਦਾ ਪਤਾ ਲੱਗੂਗਾ ਤਾਂ ਉਹ ਮੈਨੂੰ ਸਿਰਫ ਮਾਫ਼ ਹੀ ਨਹੀਂ ਕਰ ਦੇਣਗੇ। ਮੈਨੂੰ ਸ਼ਾਬਾਸ਼ ਦੇਣਗੇ। ਕਿ ਮੈਂ ਇੱਕ ਆਦਮਖੋਰ দাঁਤ ਨੂੰ ਮਾਰ ਕੇ ਧਰਤੀ ਦਾ ਭਾਰ ਹੌਲਾ ਕੀਤਾ। ਤਾਰਾਚੰਦ ਇਸ ਵੇਲੇ ਕੰਬ ਰਿਹਾ ਸੀ। ਉਸ ਦੀਆਂ ਅੱਖਾਂ ਜ਼ਮੀਨ ਤੇ ਗੱਡੀਆਂ ਸਨ। ਗੁਪਤੇਸ਼ਵਰ ਨੇ ਫਿਰ ਬਿਜਲੀ ਵਾਂਗ ਕੜਕ ਕੇ ਕਿਹਾ। "ਓ ਜ਼ਾਲਮਾ ਸੁਣ ਤੇ ਕੰਨ ਖੋਲ ਕੇ ਸੁਣ। ਇੱਕ ਅਜਿਹਾ ਮਨੁੱਖ ਜੋ ਇੱਕ ਨਿਆਸਰੀ ਅਬਲਾ ਨਾਲ ਵਿਸ਼ਵਾਸ ਘਾਤ ਕਰਕੇ ਉਸ ਨੂੰ ਜਾਲ ਵਿੱਚ ਫਸਾ ਕੇ ਉਸ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਉਣ ਲੱਗਾ, ਕੁਝ ਸ਼ਰਮ ਨਹੀਂ ਕਰਦਾ।" ਤੇ ਫਿਰ ਪ੍ਰਸੂਤ ਦੀ ਹਾਲਤ ਵਿੱਚ ਉਸ ਨੂੰ ਤੇ ਉਸ ਦੀ ਮਾਸੂਮ ਬੱਚੀ ਨੂੰ ਦਰਦ-ਦਰ ਰੁਲਣ ਤੇ ਸਾਰੇ ਸੰਸਾਰ ਦੀਆਂ ਮੁਸੀਬਤਾਂ ਦਾ ਸ਼ਿਕਾਰ ਬਣਨ ਲਈ ਦੁਨੀਆਂ ਦੇ ਹਵਾਲੇ ਕਰਕੇ ਚਲਾ ਜਾਂਦਾ ਤੇ ਆਖਰ ਉਸ ਵਿਚਾਰੀ ਨੂੰ ਸ਼ਰਮ ਗੁਆ ਕੇ ਕੰਜਰੀ ਬਣਨ ਲਈ ਮਜਬੂਰ ਹੋਣਾ ਪੈਂਦਾ ਇਹੋ ਜੇ ਦੁਰਾਚਾਰੀ ਨੂੰ ਨਾਂ ਤੇ ਇਨਸਾਨ ਕੌਣ ਦਾ ਕੋਈ ਹੱਕ ਹੈ ਤੇ ਨਾ ਹੀ ਉਸ ਨੂੰ ਜਿਉਂਦੇ ਰਹਿਣ ਦਾ ਤਾਰਾ ਚੰਦ ਪੱਥਰ ਦਾ ਬੁੱਤ ਬਣਿਆ ਬੈਠਾ ਸੀ ਗੁਪਤੇਸ਼ਵਰ ਨੇ ਫਿਰ ਪੁੱਛਿਆ ਛੇਤੀ ਦੱਸ ਕੀ ਅਜਿਹੇ ਗੁਨਾਹਗਾਰ ਨੂੰ ਜਿਉਂਦੇ ਰਹਿਣਾ ਚਾਹੀਦਾ ਤਾਰਾ ਚੰਦ ਨੇ ਸਿਰ ਹਿਲਾ ਕੇ ਨਾਂ ਵਿੱਚ ਉੱਤਰ ਦਿੱਤਾ ਤਾਂ ਫਿਰ ਲੈ ਤਿਆਰ ਹੋ ਜਾ ਕਹਿ ਕੇ ਗੁਪਤੇਸ਼ਵਰ ਨੇ ਬੜੀ ਫੁਰਤੀ ਨਾਲ ਕਟਾਰ ਉਤਾਉਂ ਲਾਰੀ ਇਸ ਵੇਲੇ ਕਮਰੇ ਵਿੱਚ ਕਾਫੀ ਹਨੇਰਾ ਹੋ ਚੁੱਕਾ ਸੀ ਇਹ ਸੋਚ ਕੇ ਕਿ ਨਿਸ਼ਾਨਾ ਖੁੰਝ ਨਾ ਜਾਵੇ ਗੁਪਤੇਸ਼ਵਰ ਨੇ ਉਲਾਰਿਆ ਹੋਇਆ ਹੱਥ ਰੋਕ ਲਿਆ ਝਟਪਟ ਬਿਜਲੀ ਦਾ ਬਟਨ ਨੱਪ ਦਿੱਤਾ ਜਿਸ ਨਾਲ ਕਮਰਾ ਜਗਮਗਾ ਉੱਠਿਆ ਉਸ ਨੂੰ ਇਹ ਵੀ ਫਿਕਰ ਸੀ ਕਿ ਤਾਰਾ ਚੰਦ ਕਿਤੇ ਬਚ ਕੇ ਨਾ ਨਿਕਲ ਜਾਏ। ਕਮਰੇ ਦਾ ਕੁੰਡਾ ਵੀ ਅੜਾ ਦਿੱਤਾ। ਗੁਪਤੇਸ਼ਵਰ ਦੀ ਨਜ਼ਰ ਜਦ ਚਾਨਣ ਵਿੱਚ ਉਸ ਉੱਤੇ ਪਈ ਤਾਂ ਉਸਨੇ ਡਿੱਠਾ ਕਿ ਤਾਰਾ ਚੰਦ ਕੰਬ ਦੇ ਹੱਥਾਂ ਨਾਲ ਕੋਟ ਅਤੇ ਕਮੀਜ਼ ਦੇ ਬਟਨ ਖੋਲ ਕੇ ਆਪਣੀ ਛਾਤੀ ਨੰਗੀ ਕਰ ਰਿਹਾ ਸੀ। ਤਾਰਾ ਚੰਦ ਦੀ ਇਸ ਨਿਰਪੈਤਾ ਨੇ ਮਾਨੋ ਕਿ ਉਹ ਪਹਿਲਾਂ ਤੋਂ ਹੀ ਮਰਨ ਲਈ ਤਿਆਰ ਹੋ ਕੇ ਆਇਆ ਹੈ। ਗੁਪਤੇਸ਼ਵਰ ਨੂੰ ਸਕਤੇ ਵਿੱਚ ਲੈ ਆਂਦਾ ਪਰ ਫਿਰ ਉਸਨੇ ਖਿਆਲ ਕੀਤਾ ਇਹ ਸ਼ੈਤਾਨ ਕਿਸੇ ਤਰ੍ਹਾਂ ਮੇਰਾ ਦਿਲ ਨਰਮ ਕਰਕੇ ਮੈਥੋਂ ਜਾਨ ਬਚਾਉਣ ਦਾ ਯਤਨ ਕਰ ਰਿਹਾ ਹੈ ਉਸਨੇ ਹੋਰ ਦੇਰ ਕਰਨੀ ਮੁਨਾਸਬ ਨਾ ਸਮਝੀ ਤੇ ਕਟਾਰ ਵਾਲਾ ਹੱਥ ਦੁਬਾਰਾ ਉਲਾਰ ਕੇ ਉਸ ਵੱਲ ਇੰਨੀ ਤੇਜ਼ੀ ਨਾਲ ਲਪਕਿਆ ਜਿਵੇਂ ਇੱਕੋ ਵਾਰ ਨਾਲ ਉਸ ਦਾ ਸੱਥਰ ਲਾਹ ਸੁੱਟੇਗਾ ਪਰ ਉਸ ਦਾ ਹੱਥ ਅਜੇ ਉਸ ਦੀ ਛਾਤੀ ਤੱਕ ਵੀ ਨਹੀਂ ਸੀ ਪਹੁੰਚਿਆ ਕਿ ਤਾਰਾ ਚੰਦ ਦੇ ਚਿਹਰੇ ਉੱਤੇ ਉਸ ਦੀ ਨਜ਼ਰ ਜਾ ਪਈ ਗੁਪਤੇਸ਼ਵਰ ਦਾ ਹੱਥ ਅਗਾਹ ਵਧਨੋਂ ਰੁਕ ਕੇ ਪਿੱਛੇ हट ਗਿਆ ਤੇ ਉਹ ਆਪ ਅਗਾਹ ਵਧਿਆ ਗਿੱਚੀ ਹਲੂਨਣ ਕਰਕੇ ਤਾਰਾ ਚੰਦ ਦੀ ਪੱਗ ਲੱਥ ਗਈ ਸੀ ਤੇ ਐਨਕ ਦੀ ਕਮਾਣੀ ਵੀ ਪੱਗ ਨਾਲ ਅੜ ਕੇ ਇੱਕ ਕੰਨੀ ਤੋਂ ਉੱਤਰ ਗਈ ਸੀ ਗੁਪਤੇਸ਼ਵਰ ਚੰਗਰ ਮਾਰ ਕੇ ਪਿੱਛੇ हट ਗਿਆ ਉਸ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਦੂਜੇ ਪਲ ਉਹ ਫੇਰ ਅਗਾਹ ਵਧਿਆ ਤੇ ਤਾਰਾ ਚੰਦ ਦੀ ਐਨਕ ਲਾ ਕੇ ਉਸ ਨੇ ਚੰਗੀ ਤਰ੍ਹਾਂ ਉਸ ਦੇ ਚਿਹਰੇ ਨੂੰ ਡਿਠਾ ਉਸ ਦੇ ਮੂੰਹੋਂ ਚੀਕ ਵਰਗੀ ਆਵਾਜ਼ ਨਿਕਲੀ ਹੈ ਬਾਬੂ ਸ਼ਾਮਦਾਸ ਜੀ ਤੁਸੀਂ ਗੁਪਤੇਸ਼ਵਰ ਦੀਆਂ ਅੱਖਾਂ ਅੱਗੇ ਸਾਰਾ ਕਮਰਾ ਘੁੰਮ ਰਿਹਾ ਸੀ ਕਿੰਨਾ ਹੀ ਚਿਰ ਉਹ ਇਸੇ ਤਰ੍ਹਾਂ ਖਲੋਤਾ ਉਸ ਵੱਲ ਬਿਟਰ-ਬਿਟਰ ਤੱਕਦਾ ਰਿਹਾ ਉਸਦੇ ਚਿਹਰੇ ਤੇ ਕਈ ਰੰਗ ਆ ਜਾ ਰਹੇ ਸਨ ਪਰ ਅਖੀਰ ਉਸ ਦਾ ਕਟਾਰ ਵਾਲਾ ਹੱਥ ਇੱਕ ਵਾਰ ਫੇਰ ਹਵਾ ਵਿੱਚ ਉਲਰਿਆ ਦੋਸਤੋ ਤੁਸੀਂ ਸੁਣ ਰਹੇ ਸੀ ਨਾਵਲ ਚਿੱਟਾ ਲਹੂ ਦਾ 33ਵਾਂ ਭਾਗ ਅੱਜ ਇਹ ਨਹੀਂ ਰਬ ਰੱਖਾ